ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਆਇਆ ਜੀ ਰਾਮਗੜੀਆ ਇੰਟੀਰੀਅਰ ਰਾਮਪੁਰਾ ਫੂਲ ਵਿੱਚ। ਤੁਸੀਂ ਮੈਨੂੰ ਦੱਸਣ ਦੀ ਲੋੜ ਨਹੀਂ, ਤਿਹਾਰਾਂ ਦੇ ਦਿਨ ਨੇ, ਤੁਸੀਂ ਦੇਖ ਸਕਦੇ ਹੋ ਕਿ ਡੈਕੋਰੇਸ਼ਨ ਦਾ ਕਿੰਨਾ ਜ਼ਿਆਦਾ ਸਮਾਨ ਆ। ਕੱਲੀ ਕੱਲੀ ਚੀਜ਼ ਦੇ ਰੇਟ ਵੀ ਪੁੱਛਾਂਗੇ, ਕੱਲੀ ਕੱਲੀ ਚੀਜ਼ ਦੀ ਕੁਆਲਿਟੀ ਦੱਸਾਂਗੇ, ਕੱਲੀ ਕੱਲੀ ਚੀਜ਼ ਤੁਹਾਨੂੰ ਕੈਮਰੇ ਰਾਹੀਂ ਦਿਖਾਵਾਂਗੇ ਕਿ ਕੀ ਚੀਜ਼ ਆ, ਕੀ ਰੇਟ ਆ, ਕੀ ਕੁਆਲਿਟੀ ਹੈਗੀ। ਸਭ ਤੋਂ ਪਹਿਲਾਂ ਇੱਧਰ ਵਾਲਪੇਪਰ ਲੱਗੇ ਹੋਏ, ਮੈਂ ਵੀਰ ਨਾਲ ਗੱਲ ਕਰੂੰਗਾ, ਉਹ ਤੁਹਾਡੇ ਕਸਟਮਰ 'ਚ ਬਿਜ਼ੀ ਆ, 2 ਮਿੰਟਾਂ ਲਈ ਮੈਂ ਤੁਹਾਨੂੰ ਦੱਸ ਦਿੰਦਾ ਕਿ ਵਾਲਪੇਪਰ ਨੇ ਜੀ ਕੰਧਾਂ ਦੇ ਉੱਪਰ ਲੱਗਦੇ ਨੇ, ਰੇਟ ਇਹਨਾਂ ਦਾ ਮੈਂ ਪੁੱਛ ਲੂੰਗਾ ਕਿ ਕੀ ਰੇਟ ਨੇ। ਮੈਂ ਵੀਰ ਨਾਲ ਗੱਲ ਕਰਦਾ 2 ਮਿੰਟ ਦਾ, ਉਹਨਾਂ ਤੋਂ 10 ਮਿੰਟ ਦਾ ਟਾਈਮ ਲੈਣਾ। ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਦਰਸ਼ਕ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਇਹ ਜਾਣਕਾਰੀ ਦਿਓ ਕਿ ਇੰਨੀ ਜ਼ਿਆਦਾ ਖੂਬਸੂਰਤੀ ਕਿ ਘਰ ਵਿੱਚ ਵੀ ਹੋ ਸਕਦੀ ਹੈ ਇਹ, ਕਿ ਬਹੁਤ ਹੀ ਸੋਹਣਾ ਲੱਗਦਾ। ਮੈਨੂੰ ਤਾਂ ਇਹ ਲੱਗਦਾ ਕਿ ਮੈਂ ਵੀਡੀਓ ਘੱਟੋ ਘੱਟ ਬਣਾਵਾਂ 20 ਤੋਂ 25 ਮਿੰਟਾਂ ਦੀ ਆਪਣੀ। ਕੱਲੀ ਕੱਲੀ ਚੀਜ਼ ਦਾ ਮੈਨੂੰ ਰੇਟ ਜ਼ਰੂਰ ਦੱਸ ਦਿਓ, ਜਿਹੜੇ ਦਰਸ਼ਕ ਨੇ ਉਹ ਜੁੜੇ ਹੋਏ ਨੇ। ਸਟਾਰਟਿੰਗ ਦੇ ਵਿੱਚ ਮੈਨੂੰ ਦੱਸ ਦਿਓ ਕਿ ਵਾਲ ਪੇਪਰ ਆ ਕੰਧਾਂ ਦੇ ਉੱਤੇ ਲੱਗਦੇ ਨੇ, ਕਈ ਵਾਰੀ ਇਹ ਦਿਲ 'ਚ ਵਹਿਮ ਹੁੰਦਾ ਕਿ ਜੀ ਬਹੁਤ ਮਹਿੰਗੇ ਨੇ, ਪਰ ਇਹਨਾਂ ਦਾ ਰੇਟ ਕੀ ਆ, ਸਟਾਰਟਿੰਗ ਰੇਟ ਕੀ ਹੈਗਾ? ਸਟਾਰਟਿੰਗ ਰੇਟ ਜੀ ਇਹਨਾਂ ਦਾ 200 ਰੁਪਏ ਰੋਲ ਤੋਂ ਆ ਜੀ। 200 ਰੁਪਏ ਦਾ ਰੋਲ ਆ? ਹਾਂਜੀ ਹਾਂ, ਠੀਕ ਹੈ ਜੀ। 50 ਸਕੁਅਰ ਫੁੱਟ ਇੱਕ ਕਵਰ ਕਰਦਾ ਜੀ। 50 ਸਕੁਅਰ ਫੁੱਟ ਜਿਹੜਾ 200 ਰੁਪਏ ਨੇ ਕਵਰ ਕਰਨਾ, ਸਿਰਫ 200 ਰੁਪਏ ਦਾ ਜੀ? ਸਿਰਫ 200 ਰੁਪਏ ਦੇ ਵਿੱਚ ਜਿਹੜੀ ਕੰਧ ਦੀ ਆ ਖੂਬਸੂਰਤੀ ਬਹੁਤ ਜ਼ਿਆਦਾ ਬਣ ਜਾਣੀ ਹੈਗੀ, ਤੇ ਉਸ ਤੋਂ ਬਾਅਦ ਅੱਗੇ 200, 300, 500 ਇਸ ਤਰ੍ਹਾਂ ਜੀ, 2000, 3000 ਇਹਦੇ ਵਿੱਚ ਜਿੰਨੇ ਡਿਜ਼ਾਈਨ ਲੱਗੇ ਨੇ ਸਾਰੇ ਅਵੇਲੇਬਲ ਮਿਲ ਜਾਣਗੇ, ਸਾਰੇ ਮਿਲ ਜਾਂਦੇ ਨੇ ਜੀ ਡਿਜ਼ਾਈਨ। ਤੇ ਉਸ ਤੋਂ ਬਾਅਦ ਜੀ ਫਲਾਵਰ ਤੁਸੀਂ ਦੇਖ ਸਕਦੇ ਹੋਗੇ, ਫਲਾਵਰ ਪੋਟ ਆ ਜਿਹੜੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਮਿਲ ਜੂਗਾ ਜੀ। ਤੇ ਸਾਨੂੰ ਥੋੜੇ ਜਿਹੇ ਰੇਟ ਵੀ ਦੱਸਦੇ ਜਾਓ ਜੀ ਨਾਲ ਨਾਲ, ਕਿ ਕਿਸੇ ਵੀ ਚੀਜ਼ ਦਾ ਤੁਸੀਂ ਜਿਵੇਂ ਆਹ ਦੇਖ ਸਕਦਾ ਮੈਂ ਬਹੁਤ ਜ਼ਿਆਦਾ ਲਗਜ਼ਰੀ ਆਈਟਮਾਂ, ਯੂਨੀਕ ਆਈਟਮਾਂ ਰੱਖੀਆਂ ਹੋਈਆਂ ਨੇ, ਇਹਨਾਂ 'ਚ ਕੋਈ 1 ਜਾਂ 2 ਦੇ ਕਿਸੇ ਦੇ ਵੀ ਰੇਟ ਦੱਸ ਦਿਓ ਮੈਨੂੰ। ਇਹ 'ਚ ਕੋਈ 900 ਦਾ ਜੀ, ਠੀਕ ਹੈ ਜੀ, ਕੋਈ ਜਿਵੇਂ 2500 ਦਾ ਜੀ, ਠੀਕ ਹੈ ਜੀ, ਕੋਈ 3000 ਦਾ ਜੀ, ਕੋਈ 1500 ਦਾ, ਇਸ ਤਰ੍ਹਾਂ ਜੀ। ਠੀਕ ਹੈ ਜੀ, ਜਿਵੇਂ ਕਿ ਕੋਈ ਵੀ ਮੰਨ ਲਓ ਕਿ ਕੋਈ ਇਹ ਚੀਜ਼ 900 ਦੀ ਆ, 1000 ਦੀ ਆ, ਤੇ ਮੈਂ ਵੀਡੀਓ ਰਾਹੀਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੇ MRP ਪਾਈ ਆ ਜਾਂ ਜਿਹੜੀ ਅਸੀਂ ਚੀਜ਼ ਦੱਸ ਰਹੇ ਆ, ਆਪਣੀ ਵੀਡੀਓ ਰਾਹੀਂ ਜਿਹੜਾ ਦਰਸ਼ਕ ਆਊਗਾ ਉਹਨੂੰ ਸਪੈਸ਼ਲੀ ਡਿਸਕਾਊਂਟ ਦਿੱਤਾ ਜਾਊਗਾ, ਤੇ ਜਿਹੜਾ ਡਿਸਕਾਊਂਟ ਆ ਉਹ ਵੀਡੀਓ ਦੇ ਲਾਸਟ ਵਿੱਚ ਦੱਸਿਆ ਜਾਊਗਾ ਕਿ ਕਿੰਨੇ ਪਰਸੈਂਟ ਡਿਸਕਾਊਂਟ ਸਪੈਸ਼ਲੀ ਡਿਸਕਾਊਂਟ ਹੋਣ ਵਾਲਾ। ਨਹੀਂ ਤਾਂ ਹਰ ਇੱਕ ਆਈਟਮ ਇਹਨਾਂ ਦੀ MRP ਤੇ ਆ, ਤੁਸੀਂ ਦੇਖ ਸਕਦੇ ਹੋ ਕਿ ਡੈਕੋਰੇਸ਼ਨ ਦੀਆਂ ਬਹੁਤ ਜ਼ਿਆਦਾ ਆਈਟਮਾਂ ਨੇ, ਬਹੁਤ ਜ਼ਿਆਦਾ, ਕੱਲੀ ਕੱਲੀ ਆਈਟਮ ਤਾਂ ਆਪਣੇ ਤੋਂ ਗਿਣੀ ਵੀ ਨਹੀਂ ਜਾਣੀ। ਅੱਗੇ ਲਿਓ ਜੀ, ਇਹ ਕੀ ਚੀਜ਼ ਆ ਜੀ ਆਹ ਜਿਹੜੀ ਲਾਈ ਹੋਈ ਹੈਗੀ? ਵਿੰਡੋ ਵਾਸਤੇ ਆ ਜੀ ਇਹ, ਠੀਕ ਹੈ ਜੀ। ਅੱਛਾ, ਬਲਾਈਂਡ ਆ ਜੀ? ਹਾਂਜੀ ਹਾਂ, ਠੀਕ ਹੈ ਜੀ। ਇਹ ਸਾਰੇ ਇਸ ਤਰ੍ਹਾਂ ਦੇ ਅਲੱਗ ਅਲੱਗ ਲਾਏ ਹੋਏ ਨੇ, ਡੈਮੋ ਲਾਏ ਹੋਏ ਨੇ? ਹਾਂਜੀ ਹਾਂ, 4 ਤਰ੍ਹਾਂ ਦੀ ਆਉਂਦੀ ਹੈ ਜੀ। ਠੀਕ ਹੈ ਜੀ, 4 ਤਰ੍ਹਾਂ ਦੀ ਲੱਗੀ ਜੀ ਆਪਣੀ। ਠੀਕ ਹੈ ਜੀ, ਠੀਕ ਹੈ ਜੀ, ਇਹ ਬਲੈਂਡ ਹੋ ਗਏ। ਤੇ ਉਸ ਤੋਂ ਬਾਅਦ ਮੂਰਤੀਆਂ ਵੀ ਲੱਗੀਆਂ ਹੋਈਆਂ ਨੇ ਕਿ ਬਹੁਤ ਜ਼ਿਆਦਾ ਯੂਨੀਕ ਨੇ ਤੇ ਬਹੁਤ ਜ਼ਿਆਦਾ ਸੋਹਣੀਆਂ ਨੇ। ਤੇ ਆ ਜਿਹੜੇ ਆਰਟੀਫਿਸ਼ਲ ਫਲਾਵਰ ਨੇ ਇਹਨਾਂ ਦੇ ਵੀ ਥੋੜੇ ਦੱਸ ਦਿਓ ਮੈਨੂੰ ਕਿ ਮੈਂ ਕੋਈ ਚੱਕ ਲਾਂ, ਜਿਵੇਂ ਇਹਦੇ MRP ਹੋਊਗੀ ਜੀ? ਹਾਂਜੀ ਹਾਂ, MRP ਲੱਗੀ ਵੀ ਹੈ ਜੀ। ਠੀਕ ਹੈ ਜੀ, 250 ਰੁਪਏ ਦਾ ਜੀ। 250 ਰੁਪਏ ਦਾ, ਸਿਰਫ 250 ਰੁਪਏ ਦਾ, ਕਿ ਬਹੁਤ ਜ਼ਿਆਦਾ ਜਾਣੀ ਕਿ ਯੂਨੀਕ ਕਹਿ ਲਓ ਕਿ ਆਰਟੀਫਿਸ਼ਲ ਆ ਗਈ, ਬਹੁਤ ਜ਼ਿਆਦਾ ਵਧੀਆ ਕੁਆਲਿਟੀ ਹੈਗੀ। ਤੇ ਥੋੜੇ ਮੋਟੇ ਕੋਈ ਘੱਟ ਰੇਟ ਵਾਲੇ ਵੀ ਹੈ ਜੀ ਆਪਣੇ ਕੋਲੇ? ਠੀਕ ਹੈ ਜੀ, ਘੱਟ ਰੇਟ ਵਾਲੇ ਵੀ ਦਿਖਾਓ ਕਈ ਵਾਰੀ। ਇਹ ਵਾਲੇ ਜੀ, ਇਹ 100 ਰੁਪਏ ਦੀ। ਠੀਕ ਹੈ ਜੀ, ਬਹੁਤ ਸੋਹਣੇ, ਅਸਲੀ, ਬਿਲਕੁਲ ਹੀ ਅਸਲੀ ਲੱਗ ਰਿਹਾ ਹੈਗਾ ਕਿ, ਪਰ ਅਸਲੀ ਨਹੀਂ ਹੈਗਾ, ਹੈ ਪਲਾਸਟਿਕ ਦਾ, ਸਿਰਫ 100 ਰੁਪਏ ਦਾ। ਤੇ ਬਹੁਤ ਜ਼ਿਆਦਾ ਆਈਟਮਾਂ ਨੇ, ਤੁਸੀਂ ਦੇਖ ਸਕਦੇ ਹੋ, ਮੈਂ ਕੱਲੀ ਕੱਲੀ ਆਈਟਮ ਦਾ ਜਿਹੜਾ ਕਿ ਰੇਟ ਵੀ ਨਹੀਂ ਲੈ ਸਕਦਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਣੀ ਆ। ਇਹ ਛੋਟੀਆਂ ਛੋਟੀਆਂ ਇਹ ਵੀ ਚੀਜ਼ਾਂ ਦੇ ਸਾਨੂੰ ਥੋੜੇ ਥੋੜੇ ਰੇਟ ਦੱਸ ਦਿਓ, ਹੈ ਯੂਨੀਕ ਆ। ਕਈ ਵਾਰੀ ਦੇਖਣ 'ਚ ਇਹ ਲੱਗਦਾ ਕਿ ਬਹੁਤ ਛੋਟੀ ਆਈਟਮ ਆ ਜਾਂ ਮਹਿੰਗੀ ਆ, ਤਾਂ ਯੂਨੀਕ ਕਰਕੇ ਥੋੜਾ ਰੇਟ ਵੱਧ ਕੇ ਹੋ ਜਾਂਦਾ ਜੀ ਇਹਨਾਂ ਦਾ। ਹਾਂਜੀ ਹਾਂ, ਠੀਕ ਹੈ ਜੀ, ਬਾਕੀ ਸਾਰੀ ਇੰਪੋਰਟਡ ਆ ਜੀ ਇਹ। ਠੀਕ ਹੈ ਜੀ, ਇਹ ਮੂਰਤੀ ਕਿੰਨੇ ਦੀ ਹੈ ਜੀ MRP ਦੇਖਾਂ ਜੀ? MRP ਜੀ 370 ਰੁਪਏ ਦੀ ਹੈਗੀ। 370 ਰੁਪਇਆ MRP ਆ, 370 ਦੀ ਹੀ ਮਿਲਣੀ ਆ, ਪਰ ਤੁਸੀਂ ਵੀਡੀਓ ਦਾ ਸ਼ੇਅਰ ਕਰਨ ਦਾ ਜਿਹੜਾ ਦਿਖਾਓਗੇ, ਸਕਰੀਨਸ਼ਾਟ ਦਿਖਾਓਗੇ, ਤਾਂ ਤੁਹਾਨੂੰ ਸਪੈਸ਼ਲੀ ਆ ਜਿਹੜਾ ਡਿਸਕਾਊਂਟ ਮਿਲਣਾਗਾ, ਤੇ ਇਹਦੇ ਤੇ ਸਪੈਸ਼ਲ ਡਿਸਕਾਊਂਟ ਮਿਲਣਾ ਕਿ ਕਿੰਨਾ ਡਿਸਕਾਊਂਟ ਹੈਗਾ, ਉਹ ਤੁਹਾਨੂੰ ਮਿਲਣਾ ਹੀ ਮਿਲਣਾ। ਵੀਡੀਓ ਦਿਖਾਓ ਤੇ ਡਿਸਕਾਊਂਟ ਪਾਓ, ਤੇ ਨਾਲ ਇਹ ਵੀ ਆ ਕਿ ਵੀਰ ਨੇ ਮੈਨੂੰ ਦੱਸਿਆ ਕਿ 1000 ਤੋਂ ਲੈ ਕੇ ਉੱਪਰ ਜਿੰਨੀ ਮਰਜ਼ੀ ਤੁਸੀਂ ਕੋਈ ਚੀਜ਼ ਖਰੀਦਦੇ ਹੋ ਤਾਂ ਤੁਹਾਨੂੰ ਸਪੈਸ਼ਲੀ ਗਿਫਟ ਦਿੱਤਾ ਜਾਊਗਾ। ਗਿਫਟ ਦਿੱਤਾ ਜਾਊ ਤਾਂ ਕਿ ਵੀਡੀਓ ਨੂੰ ਕਰਕੇ ਆਇਓ ਸ਼ੇਅਰ, ਸ਼ੇਅਰ ਕਰੋਗੇ ਤਾਂ ਗਿਫਟ ਜ਼ਰੂਰ ਮਿਲੂਗਾ 1000 ਰੁਪਏ ਤੋਂ ਉੱਪਰ ਜੀ। ਠੀਕ ਹੈ ਜੀ, 1000 ਰੁਪਏ ਤੋਂ ਉੱਪਰ ਮੈਂ ਕਹਿਤਾ ਕਿ ਉਹਨੂੰ ਗਿਫਟ ਮਿਲਣਾ ਹੀ ਮਿਲਣਾ ਲਾਜ਼ਮੀ ਹੈ। ਦੀਵਾਲੀ ਆਫਰ ਹੈ ਜੀ, ਦੀਵਾਲੀ ਨੂੰ ਜੇ ਤੁਸੀਂ ਕਰਨਾ ਚਾਹੁੰਦੇ ਹੋ ਇੰਜੋਏ, ਤਾਂ ਦੇਖੋ ਬਹੁਤ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਸਜਾਉਣ ਵਾਲੀਆਂ, ਕਮਰਿਆਂ ਨੂੰ ਸਜਾਉਣ ਵਾਲੀਆਂ, ਆਫਿਸ ਨੂੰ ਸਜਾਉਣ ਵਾਲੀਆਂ, ਤਾਂ ਤੁਸੀਂ ਕੋਈ ਵੀ ਆਈਟਮ ਆ ਕੇ ਇੱਥੋਂ ਖਰੀਦ ਸਕਦੇ ਹੋ। ਇੱਕ ਸਿੰਗਲ ਪੀਸ ਵੀ ਲੈ ਸਕਦੇ ਹੋ ਤੇ ਬਲਕ ਦੇ ਵਿੱਚ ਵੀ ਲੈ ਸਕਦੇ ਹੋਗੇ। ਤੇ ਉਸ ਤੋਂ ਬਾਅਦ ਆਪਣੀ ਜੀ ਅੱਗੇ ਕੀ ਆਈਟਮ ਹੈਗੀ? ਤੇ ਇਹ ਜੀ ਮੈਂ ਆਹ ਦੇਖ ਰਿਹਾ ਕਿ ਦੀਵਾਰ ਦੇ ਉੱਪਰ ਜਿਹੜਾ ਕਿ ਘਾਹ ਕਹਿ ਦਿੰਦੇ ਹਾਂ ਅਸੀਂ, ਕਿ ਇਹ ਕਿਵੇਂ, ਕੀ ਪ੍ਰੋਸੀਜਰ ਹੈ ਇਹ ਸਮਝਾਓ ਜੀ।
ਇਹ ਘਰਾਂ ਚ ਲੱਗਦਾ ਜੀ, ਇਹ ਬਲਟੀਕਲ ਗਾਰਡਨ ਆ, ਠੀਕ ਹੈ ਜਿਵੇਂ ਜੀ। ਆਰਟੀਫਿਸ਼ੀਅਲ ਗਾਰਡਨ ਤਿਆਰ ਕਰਦੇ ਹਾਂ ਆਪਾਂ, ਹਾਂਜੀ ਹਾਂਜੀ, ਅੱਜ ਕੱਲ੍ਹ ਓਰੀਜਨਲ ਤਾਂ ਹੁੰਦੇ ਨਹੀਂ, ਠੀਕ ਹੈ ਜੀ, ਆਰਟੀਫਿਸ਼ੀਅਲ ਗਾਰਡਨ। ਅੱਛਾ, ਆਰਟੀਫਿਸ਼ੀਅਲ ਗਾਰਡਨ ਜਿਹੜਾ ਇਹ ਤਿਆਰ ਹੋ ਜਾਂਦਾ, ਕੰਧ ਦੇ ਉੱਪਰ ਗਰਾਸ ਲੱਗ ਜਾਂਦਾ ਗਾ। ਹਾਂ, ਕੰਧ ਦੇ ਉੱਪਰ ਇਹ ਚੀਜ਼ ਲੱਗੂਗੀ ਜੀ। ਠੀਕ ਹੈ ਜੀ, ਆਹ ਦੇਖ ਸਕਦੇ ਹੋ ਕਿ ਦੇਖੋ ਕੰਧ ਦੇ ਉੱਪਰ, ਪੂਰੀ ਕੰਧ ਦੇ ਉੱਪਰ ਲੱਗ ਜਾਂਦਾ ਜੀ, ਪੂਰੀ ਕੰਧ ਦੇ ਉੱਪਰ ਲੱਗ ਜਾਂਦਾ ਗਾ, ਕਿ ਜਿਹਨੂੰ ਮੰਨ ਲਓ ਸ਼ੌਂਕ ਆ ਕਿ ਹਰਿਆਲੀ 'ਚ ਰਹਿਣ ਦਾ। ਹੁਣ ਓਰੀਜਨਲ ਤਾਂ ਜੀ ਹੁੰਦੇ ਨਹੀਂ ਗੇ, ਅੰਦਰ ਮੱਚ ਜਾਂਦੇ ਨੇ, ਉਹਦੇ ਵਾਸਤੇ ਹੈਗਾ ਇਹ। ਤੇ ਕਾਹ ਮੈਂ ਦੇਖ ਰਿਹਾ ਕਿ ਆਪਣੇ ਤੋਂ ਵੱਡਾ ਕਾਫੀ ਪਾਲਣ ਪੋਸ਼ਣ ਹੋਇਆ ਹੋਇਆ ਗਾ, ਤੇ ਆਹ ਦੇਖ ਸਕਦੇ ਹੋ ਤੁਸੀਂ ਕਿ ਆਈਡੀਆ ਲਗਾ ਸਕਦੇ ਹੋ ਕਿ ਦੇਖੋ ਮੈਂ 5.5 ਫੁੱਟ ਦਾ, ਤੇ ਇਹ 7 ਫੁੱਟ ਤੋਂ ਵੀ ਪਲੱਸ ਹੈਗਾ, ਕਿ ਐਡੇ ਐਡੇ ਜਿਹੜੇ ਗਾਰਡਨ ਘਰੇ ਆਰਟੀਫਿਸ਼ੀਅਲ ਗਾਰਡਨ ਬਣਾਉਣ ਵਾਸਤੇ ਤੁਹਾਨੂੰ ਐਡੇ ਐਡੇ ਬੂਟੇ ਵੀ ਮਿਲ ਜਾਣਗੇ ਇੱਥੋਂ, ਕਿ ਸਿੱਧਾ ਸਿੱਧਾ ਦੇਸੀ ਜਿਹਾ ਕੰਮ ਆਪਣਾ, ਕਿ ਬੂਟੇ ਵੀ ਮਿਲ ਜਾਣਗੇ, ਫਲਾਵਰ ਮਿਲ ਜਾਣਗੇ, ਤੇ ਮੈਂ ਅੰਦਰ ਵੀ ਬਹੁਤ ਬਹੁਤ ਸਾਰਾ ਜਿਹੜਾ ਸਟਾਕ ਆ ਮੈਂ ਨਿਗਾਹ ਮਾਰ ਰਿਹਾ ਕਿ ਮੈਂ ਅੰਦਰ ਵੀ ਆ ਚੀਜ਼ ਦੇਖੋ ਜੀ। ਅੰਦਰ ਬਾਅਦ ਚੋਂ ਲੈ ਕੇ ਚੱਲਦੇ ਆ, ਜਿਹੜੀ ਵੀਰ ਨੇ ਦੱਸਿਆ ਕਿ ਮਲਟੀਪਲ ਗਾਰਡਨ ਆ ਜਿਹੜਾ, ਉਹ ਇਸ ਤਰ੍ਹਾਂ ਤਿਆਰ ਹੁੰਦਾ ਜੀ। ਹਾਂਜੀ ਹਾਂ, ਇਸ ਤਰ੍ਹਾਂ ਜੀ ਗ੍ਰਾਸ ਲੱਗ ਜਾਂਦਾ, ਠੀਕ ਹੈ ਜੀ, ਫਲਾਵਰ ਲੱਗ ਜਾਂਦੇ ਨੇ, ਫਲਾਵਰ ਲੱਗ ਜਾਂਦੇ ਜੀ, ਠੀਕ ਹੈ ਜੀ। ਇਹ ਇਹ ਮੰਨ ਲਓ ਕਿ ਬੈਡਰੂਮ ਦੀ ਬੈਕ ਸਾਈਡ ਲੱਗਦਾ ਕਿ ਹੋਰ ਵੀ ਕੋਈ ਕੰਧਾਂ ਦੇ? ਇਹ ਲੱਗਦਾ ਜੀ ਫੋਰਥ ਦੇ ਵਿੱਚ ਜੀ। ਠੀਕ ਹੈ ਜੀ, ਅੱਛਾ, ਬੈੱਡ ਦੇ ਨਹੀਂ ਲੱਗਦਾ, ਬੈਡਰੂਮ 'ਚ ਨਹੀਂ ਲੱਗਦਾ, ਠੀਕ ਹੈ ਜੀ। ਮੈਂ ਥੋੜਾ ਜਿਹਾ ਕਨਫਿਊਜ਼ ਸੀ, ਮੈਂ ਸਮਝਿਆ ਕਿ ਬੈਡਰੂਮ ਦੇ ਜਿਹੜੇ ਆ ਕਿ ਬੈੱਡ ਲੱਗਿਆ ਹੁੰਦਾ ਉਧਰ ਲੱਗ ਜਾਂਦਾ ਗਾ, ਤੇ ਆਹ ਦੇਖ ਸਕਦੇ ਹੋ ਸਟਾਕ ਦੀ ਕੋਈ ਕਮੀ ਨਹੀਂ ਗੀ, ਕਿ ਬਹੁਤ ਸਾਰੇ ਜਿਹੜੇ ਹੈਗੇ ਬੂਟੇ ਕਹਿ ਦਿੰਦੇ ਆਪਾਂ, ਫਲਾਵਰ ਪੋਟ ਕਹਿ ਦਿੰਦੇ ਹੈਗੇ, ਵੱਡੇ ਵੱਡੇ ਆ ਦੇਖੋ ਜੀ, ਚਾਰੇ ਪਾਸੇ ਭਰਿਆ ਹੋਇਆ ਹੈਗਾ, 1% ਵੀ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਗੀ। ਤੇ ਆਹ ਰੋਲ ਜੀ ਉਹੀ ਆ ਵਾਲ ਪੇਪਰ ਵਾਲੇ ਰੋਲ, ਆਹ ਸਟਾਕ ਦਿਖਾ ਦਿਓ ਜੀ ਤੁਸੀਂ, ਸਟਾਕ ਬਹੁਤ ਪਿਆ ਹੈਗਾ, ਸਟਾਕ ਦੀ ਕੋਈ ਕਮੀ ਨਹੀਂ ਗੀ, ਵਾਲ ਪੇਪਰ ਵਾਲੇ ਰੋਲ ਪਏ ਆ ਜੀ। ਤੇ ਜਿਹੜੇ ਆਹ ਕੰਧਾਂ ਦੇ ਉੱਪਰ ਤੁਸੀਂ ਦੱਸਿਆ ਕਿ ਗਾਰਡਨ ਬਣਾਉਣ ਨੂੰ, ਆਰਟੀਫਿਸ਼ੀਅਲ ਗਾਰਡਨ ਬਣਾਉਣ ਨੂੰ, ਆਹ ਦੇਖੋ ਜੀ ਉੱਪਰ ਦਿਖਾ ਦਿਓ, ਸਟਾਕ ਬਹੁਤ ਜ਼ਿਆਦਾ ਪਿਆ ਗਾ। ਇੱਕ ਨਾਲ ਗਡਾਊਨ ਆ, ਪਰ ਆਪਣੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂ, ਗਡਾਊਨ ਦੇ ਵਿੱਚ ਕਦੇ ਫੇਰ ਝਾਤੀ ਮਰਵਾਵਾਂਗੇ। ਹਾਂ, ਇੱਕ ਹੋਰ ਚੀਜ਼ ਦਿਖਾ ਦਿਓ ਜੀ, ਵੀਰ ਦਿਖਾਉਣਾ ਚਾਹੁੰਦੇ ਅੱਗੇ, ਦਿਖਾਇਓ ਕੀ ਚੀਜ਼ ਆ? ਇਹ ਵੀ ਗਾਰਡਨ, ਠੀਕ ਹੈ ਜੀ, ਵਾਲ ਦੇ ਉੱਪਰ ਲੱਗਦਾ ਜੀ, ਵਰਟੀਕਲ ਗਾਰਡਨ ਆ ਜੀ। ਅੱਛਾ ਜੀ, ਅੱਛਾ, ਖੁੱਲੇ ਲੰਬਾ ਹੋ ਜਾਂਦਾ ਜੀ? ਲੰਬਾ ਹੋ ਜਾਂਦਾ ਜੀ, ਠੀਕ ਹੈ, ਇਹਨੂੰ ਕੱਟ ਛੋਟਾ ਕਰ, ਧੁੱਪ ਹੋਵੇ ਜੀ, ਠੀਕ ਹੈ ਜੀ, ਫੇਟ ਨਹੀਂ ਹੋਵੇ। ਅੱਛਾ, ਕਿ ਇਹਨਾਂ ਨੇ ਦੱਸਿਆ ਕਿ ਜਿੰਨੀ ਮਰਜ਼ੀ ਧੁੱਪ ਹੋਵੇ, ਜੇਕਰ ਤੁਸੀਂ ਬਾਹਰ ਵੀ ਲਾਉਣਾ ਚਾਹੁੰਦੇ ਹੋ, ਇਹਦੀ ਇੱਕ ਤਰ੍ਹਾਂ ਦੀ ਦੀਵਾਰ ਬਣ ਜਾਂਦੀ ਆ, ਛੋਟੀ ਵੱਡੀ ਹੋ ਗਈ ਇਹ, ਤੁਸੀਂ ਦੇਖ ਸਕਦੇ ਹੋ ਕਿ ਹੋ ਸਕਦਾ ਕਿ ਕੈਮਰਾ ਥੋੜਾ ਨੇੜੇ ਆ, ਪੂਰੀ ਨਾ ਦਿਖਾਈ ਦਿੰਦੀ ਹੋਵੇ, ਇਹ ਆਪਸ ਵਿੱਚ ਇਕੱਠੀ ਹੋ ਜਾਂਦੀ ਆ। ਤੇ ਇਹਨਾਂ ਦੀ ਇਸ ਚੀਜ਼ ਦੀ ਗਰੰਟੀ ਆ ਕਿ ਜਿੰਨੀ ਮਰਜ਼ੀ ਧੁੱਪ ਹੋਵੇ ਇਹਨੂੰ ਬਾਹਰ ਲਾ ਦਿਓ, ਜਿੰਨੀ ਮਰਜ਼ੀ ਧੁੱਪ ਹੋਵੇ ਤਾਂ ਇਹਦਾ ਕਲਰ ਨਹੀਂ ਫੇਟ ਹੋਊਗਾ, ਠੀਕ ਹੈ ਜੀ। ਤੇ ਬਹੁਤ ਸਾਰੀਆਂ ਜਿਹੜੀਆਂ ਵੀਡੀਓ, ਆਹ ਦੇਖੋ ਜੀ ਤੁਸੀਂ, ਇਹਨੂੰ ਕੀ ਕਹਿੰਦੇ ਨੇ ਜੀ ਆਪਾਂ, ਇਹਨੂੰ ਕੀ ਟੋਕਰੀ ਕਹਿੰਦੇ ਆ ਪੰਜਾਬੀ ਚ, ਕਿ ਬਾਸਕਟ ਵਗੈਰਾ ਕਹਿੰਦੇ, ਬਾਸਕਟ ਕਹਿੰਦੇ ਆ, ਕਿ ਮੰਨ ਲਓ ਇਹਦੇ ਚ ਆਰਟੀਫਿਸ਼ੀਅਲ ਜਿਹੜੇ ਤੁਸੀਂ ਫਲਾਵਰ ਆਰਟੀਫਿਸ਼ੀਅਲ ਜਿਹੜਾ ਕੋਈ ਵੀ ਪੌਦਾ ਲਗਾ ਸਕਦੇ ਹੋਗੇ, ਤੇ ਨਾ ਹੀ ਕੋਈ ਮੱਚਣ ਦਾ ਡਰ ਆ, ਨਾ ਹੀ ਕੋਈ ਪਾਣੀ ਪਾਉਣਾ, ਕੁਛ ਨਹੀਂ ਕਰਨਾ, 100% ਦੇਖੋ ਓਰੀਜਨਲ ਵਾਂਗੂ ਲੱਗਦੇ ਨੇ, ਕਿ 100% ਓਰੀਜਨਲ ਚੀਜ਼ਾਂ ਹੀ ਨੇ। ਆਹ ਦੇਖੋ ਜੀ, ਮੈਂ ਇਹਨਾਂ ਪਹਿਲਾਂ ਅੰਦਰ ਵੜਿਆ ਗਿਆ, ਚੀਜ਼ ਲੱਗਦੀ ਹੈ ਕਿ ਬਿਲਕੁਲ ਓਰੀਜਨਲ ਹੀ ਆ, ਕਿ ਇਸ ਤਰ੍ਹਾਂ ਦਾ ਮਹਿਸੂਸ ਹੀ ਨਹੀਂ ਹੁੰਦਾ ਕਿ ਡੁਪਲੀਕੇਟ ਹੈਗਾ। ਬਹੁਤ ਸਾਰੀ ਵੈਰਾਈਟੀ ਆ ਜਿਹੜੀ, ਜਿਹੜੀ ਘਰ ਚ ਸਜਾਉਣ ਵਾਲੀ, ਘਰ ਨੂੰ ਸਜਾਉਣ ਵਾਲੀ, ਆਫਿਸ ਨੂੰ ਸਜਾਉਣ ਵਾਲੀ, ਆਪਦੇ ਬੈਡਰੂਮ ਨੂੰ ਸਜਾਉਣ ਵਾਲੀ, ਬਹੁਤ ਜ਼ਿਆਦਾ ਜਿਹੜੀ ਹੈਗੀ ਇਹਨਾਂ ਕੋਲੇ ਵੈਰਾਈਟੀ ਪਈ ਹੈਗੀ। ਤੁਸੀਂ ਇੱਥੇ ਆ ਕੇ ਵਿਜਿਟ ਕਰਕੇ ਵੀ ਦਿਖਾ ਸਕਦੇ ਹੋ, ਆਹ ਦਿਖਾ ਸਕਦੇ ਹੋ, ਹਾਂਜੀ, ਆਹ ਗਰਾਸ ਪਿਆ ਜਿਹੜਾ, ਰੋਲ ਦੇ ਰੋਲ ਪਏ ਨੇ, ਜਿਹੜਾ ਆਰਟੀਫਿਸ਼ੀਅਲ ਗਰਾਸ ਅੱਜ ਕੱਲ ਬਹੁਤ ਚੱਲ ਰਿਹਾ, ਤੁਸੀਂ ਦੇਖਿਆ ਹੋਊਗਾ, ਰੋਲਾਂ ਦੇ ਰੋਲ ਪਏ ਨੇ। ਇਹ ਕਿੰਨੇ ਰੁਪਏ ਸਕੁਅਰ ਫੁੱਟ ਤੋਂ ਸਟਾਰਟ ਹੋ ਜਾਂਦਾ ਜੀ? ਆਪਣੇ ਕੋਲੇ ਇਹ 50 ਰੁਪਏ ਸਕੁਅਰ ਫੁੱਟ ਤੋਂ ਸ਼ੁਰੂ ਹੋ ਜਾਂਦਾ, ਠੀਕ ਹੈ ਜੀ, ਇਹ 30 ਰੁਪਏ ਤੋਂ ਵੀ ਹੈਗਾ, ਠੀਕ ਹੈ ਜੀ, ਪਰ ਇਹ ਆਪਣੇ ਕੋਲੇ ਜਰਮਨ ਕੁਆਲਿਟੀ ਦਾ ਹੈ, ਠੀਕ ਹੈ ਜੀ। ਕਹਿਣ ਦਾ ਮਤਲਬ ਇਹ ਆ ਕਿ ਹੋ 30 ਰੁਪਏ ਫੁੱਟ ਤੋਂ ਵੀ ਜਾਂਦਾ ਸਟਾਰਟ, ਪਰ ਕੀ ਆ ਕਿ ਕੁਆਲਿਟੀ ਹੈ ਜਿਹੜੀ ਉਹ 50 ਰੁਪਏ ਫੁੱਟ ਵਾਲੀ ਵਰਤਦੇ ਨੇ, ਕਿ ਉਹ ਇਹ ਧੁੱਪ 'ਚ ਖਰਾਬ ਨਹੀਂ ਹੁੰਦਾ ਜੀ, ਠੀਕ ਹੈ ਜੀ, ਜਿੰਨਾ ਮਰਜ਼ੀ ਪਾਣੀ ਲੱਗ ਜੇ, ਠੀਕ ਹੈ ਜੀ, ਕੋਈ ਦਿੱਕਤ ਨਹੀਂ। ਆਰਟੀਫਿਸ਼ੀਅਲ ਗਰਾਸ ਦੀ ਆਪਣੀ ਜਿਹੜੀ ਆ ਗੱਲ ਹੋ ਰਹੀ ਹੈ ਕਿ ਇਹ ਨਾ ਤਾਂ ਧੁੱਪ 'ਚ ਖਰਾਬ ਹੋਵੇ, ਨਾ ਪਾਣੀ 'ਚ ਕੋਈ ਰੇਸ਼ਾ ਨਿਕਲੇ ਇਹਦਾ, ਤੇ ਕੁਆਲਿਟੀ ਹੈ ਜਿਹੜੀ ਉਹ 50 ਰੁਪਏ ਫੁੱਟ ਵਾਲੀ ਹੈਗੀ, 30 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦਾ, ਪਰ ਇੱਥੇ ਵਰਤੀ ਨਹੀਂ ਜਾਂਦੀ, ਕਿਉਂਕਿ ਇਹਨਾਂ ਦਾ ਪ੍ਰੋਫੈਸ਼ਨਲੀ ਕੰਮ ਆ, ਕਿਸੇ ਵੀ ਲਾਂਭੇ ਤੋਂ ਡਰਦੇ ਨੇ। ਤੇ ਉਸ ਤੋਂ ਬਾਅਦ ਮੈਂ ਦੇਖ ਰਿਹਾ ਜੀ ਇੱਕ ਤਰ੍ਹਾਂ ਦੀ ਫੋਮ ਸਟicker ਆ ਜੀ, ਫੋਮ ਸਟicker ਜੀ, ਹਾਂਜੀ ਹਾਂ, ਕੰਧਾਂ ਤੇ ਲੱਗਦਾ ਜੀ, ਲਾਓ ਜੀ ਦੀਵਾਰ ਤੇ ਲਾਓ ਜੀ ਸਿੱਧਾ, ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫੋਮ ਸਟicker ਆ, ਕਿ ਫੋਮ ਲਾਓ, ਆ ਜਿਹੜੀ ਲਾਉਣੀ ਆ ਤੁਸੀਂ, ਚੇਪੀ ਲਾਉਣੀ ਹੈਗੀ, ਸਿੱਧਾ ਕਹਿਣਾ ਇਹਨੂੰ ਕੰਧ ਤੇ ਲਾਓ, ਤੇ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਿਆਰਾ ਗਾ। ਇਹਦੇ 'ਚ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਮਿਲਦੇ ਹੋਣਗੇ, ਕਲਰ ਮਿਲ ਜਾਣਗੇ, ਕਲਰ ਮਿਲ ਜਾਣਗੇ, ਡਿਜ਼ਾਈਨ ਮਿਲ ਜਾਣਗੇ, ਮੈਂ ਇੱਧਰ ਹੀ ਲੈ ਕੇ ਆਉਣਾ ਜੀ। ਇੱਥੇ ਲਾਈਟਿੰਗ ਦੀ ਥੋੜਾ ਜਿਹਾ ਲਾਈਟ ਘੱਟ ਪੈਂਦੀ ਆ, ਹੋ ਸਕਦਾ ਤੁਹਾਨੂੰ ਕੈਮਰੇ 'ਚ ਕਿਸ ਤਰ੍ਹਾਂ ਦਾ ਦਿਖਦਾ, ਆਹ ਦੇਖ ਲਓ ਜਿਹੜੀ ਬਲੈਕ ਬ੍ਰਿਕ ਹੈਗੇ, ਬਲੈਕ ਹਟਾ ਇੱਟਾਂ ਕਹਿੰਦੇ ਨੇ, ਟਾਈਲਾਂ ਕਹਿੰਦੇ ਨੇ, ਆਹ ਵੀ ਹੈਗਾ, ਤੇ ਆਹ ਦੇਖ ਲਓ ਵੁਡਨ ਸ਼ੇਡ 'ਚ ਵੀ ਹੈਗਾ। ਤੇ ਇਹਦੀ ਆਪਾਂ ਗੱਲ ਕਰੀਏ ਤਾਂ ਇਹ ਕਿੰਨੇ ਪੈਸੇ
27 मोटा मोटा आप कह लीए कि 2.5 बाई 2.5 का लगभग साइज है, 2.5 फुट बाई 2.5 फुट जो साइज है। तो 50 रुपए स्क्वेयर फुट कि दसा 150 रुपए का पीस है जी। 150 रुपए का पीस ही आ, 150 रुपए का यह पीस आ। जिन्हें भी थोड़े लगते हैं कि बैडरूम की कंध से लाना, कि भी लाना गा सलाब वाली थान से भी लग जाता जी, सलाब वाली थान से भी लग जाता। कई बार की होंगे कि आप रंग कराने हर तीजे दिन पापड़िया बन के लै जाता, तो उत्थे भी बहुत ही सस्ती जी आइटम ही हैगी, कोई महंगी नहीं हैगी। तो होर एक बार जाते जाते जो साडे वीडियो च तुसीं होर सारिया मैं मूर्तियां देख रहा सी कि जिहड़ियां मैनूं बहुत ज्यादा सोहणियां लगियां। आ मूर्तियां दिखा दो जी कि लग्जरी जीआं यूनीक जीआं आइटमां ने इन्हां कोले। हो सकदा तुहानूं थोड़ा मोटा रेट किते वध लगे, पर इह यूनीक आइटमां ने, कि ऐ नहीं चाइना मेड आइटम आईआं नहीं हैगीआं। ते आ देख लो तुसीं किसी भी चीज़ का कोई भी रेट देखोगे ना, रेट जिन्ना एम आर पी हैगा उन्ने ते मिलना, पर अपनी वीडियो नूं जिहड़ा शेयर करके आऊगा उहदे ते स्पैशली डिस्काउंट जी। मैं वीडियो दी स्टार्टिंग तों कहण लग्गिआ होइआ कि डिस्काउंट करना डिस्काउंट करना। जिहड़े साडे दर्शक ने उहनां नूं तुसीं दस दिओ कि हर एक आइटम ते किन्ने परसेंट डिस्काउंट कर दोगे। ਡਿਸਕਾਊਂਟ ਇਸ ਤਰ੍ਹਾਂ ਜੀ, ਕੋਈ ਵੱਡੀ ਆਈਟਮ ਆ ਉਹ 20% ਡਿਸਕਾਊਂਟ ਹੋ ਜਾਊਗਾ ਜੀ। ਠੀਕ ਹੈ ਜੀ। ਛੋਟੀ ਆਈਟਮ ਆ ਉਹ ਤੇ 10% ਡਿਸਕਾਊਂਟ ਹੋ ਜਾਊਗਾ ਜੀ। ਠੀਕ ਹੈ ਜੀ। ਕਹਿੰਦਾ ਮਤਲਬ ਕਿ ਕੋਈ 100 ਤੋਂ ਲੈ ਕੇ 500 ਦੀ ਆਈਟਮ ਆ ਤਾਂ ਉਹਦੇ 10% ਉਹ ਡਿਸਕਾਊਂਟ ਹੋ ਜਾਊਗਾ। ਵੈਸੇ ਐਮ ਆਰ ਪੀ ਤੇ ਆ, ਪਰ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ 10% ਡਿਸਕਾਊਂਟ ਹੋ ਜਾਊ। 500 700 1000 ਤੋਂ ਪਲੱਸ ਆਈਟਮ ਕੋਈ ਜਾਂਦੀ ਆ ਉਹਨੂੰ ਨਾਲੇ ਤਾਂ ਗਿਫਟ ਮਿਲੂਗਾ, ਨਾਲੇ 10 ਤੋਂ ਲੈ ਕੇ 20% ਦਾ ਜਿਹੜਾ ਡਿਸਕਾਊਂਟ ਹੋਣਾਗਾ। ਇਸ ਤਰ੍ਹਾਂ ਹੀ ਹੈ ਜੀ। ਹਾਂਜੀ ਹਾਂ। ਤੇ ਐਸੇ ਤਰ੍ਹਾਂ ਦੀਆਂ ਅਸੀਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਤੁਹਾਡੇ ਤਾਈਂ ਲੈ ਕੇ ਆਉਂਦੇ ਰਹਿੰਦੇ ਹੈਗੇ। ਐਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ, ਲਾਈਕ ਕਰ ਦਿਓ ਤੇ ਆਪਦੇ ਯਾਰਾਂ ਮਿੱਤਰਾਂ 'ਚ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਬਹੁਤ ਧੰਨਵਾਦ ਜੀ।